ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ। ਈਡੀਟੀ 364 ਸੰਬੰਧੀ ਇੱਕ ਨੋਟਿਸ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜੀ। ਇਹ ਨੋਟਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਕਰੀਨ ਦੇ ਉੱਤੇ ਤੁਹਾਡੇ ਨੋਟਿਸ ਹੈ ਜੀ, 13/9/2024 ਦੀ ਤਰੀਕ ਪਈ ਹੋਈ ਹੈ। ਕੱਲ੍ਹ ਦੇਰ ਸ਼ਾਮ ਇਹ ਨੋਟਿਸ ਜਿਹੜਾ ਜਾਰੀ ਕੀਤਾ ਗਿਆ। ਇਸ ਵਿੱਚ ਲਿਖਿਆ ਹੋਇਆ ਤੁਸੀਂ ਸਕਰੀਨ 'ਤੇ ਦੇਖ ਸਕਦੇ ਹਾਂ, ਸਿੱਖਿਆ ਵਿਭਾਗ ਵੱਲੋਂ 364 ਅਸਾਮੀਆਂ ਭਰਨ ਲਈ ਜਿਹੜਾ ਪ੍ਰੋਸੈਸ ਚੱਲਦਾ ਹੋਇਆ, ਅਤੇ ਸਿਲੈਕਸ਼ਨ ਲਿਸਟ ਪਾਈ ਗਈ ਸੀ 25/7/2024 ਨੂੰ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਸੀਗੀ। ਕੈਟਾਗਰੀ ਵਾਈਜ਼ ਜਿਹੜੇ ਸਿਲੈਕਟਡ ਹੋਏ ਉਮੀਦਵਾਰ ਨੇ, ਕੈਂਡੀਡੇਟਸ ਨੇ, ਸੋ ਉਹਨਾਂ 'ਚੋਂ ਹੁਣ ਜਿਹੜੇ ਵੱਖ ਵੱਖ ਉਮੀਦਵਾਰਾਂ ਵਿੱਚੋਂ ਕੈਟਾਗਰੀਆਂ ਦੀਆਂ ਜਿਹੜੀਆਂ ਖਾਲੀਆਂ ਅਸਾਮੀਆਂ ਵਿਰੁੱਧ ਸਟੇਸ਼ਨ ਦੀ ਚੋਣ ਕਰਵਾਈ ਜਾਣੀ ਹੈ। ਸਟੇਸ਼ਨ ਚੋਣ ਉਪਰੰਤ ਜਿਹੜੀ ਚੁਣੇ ਹੋਏ ਗਏ ਸਟੇਸ਼ਨ ਨੇ ਜਿਹੜੇ, ਉਹਨਾਂ ਦੇ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਿਹੜੇ ਐਲੀਮੈਂਟਰੀ ਵੱਲੋਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਸਟੇਸ਼ਨ ਚੋਣ ਸੰਬੰਧੀ ਜਿਹੜਾ ਸ਼ਡਿਊਲ ਹੈ ਉਹ ਵੱਖਰੇ ਤੌਰ 'ਤੇ 16/9/2024 ਤੱਕ ਵੈਬਸਾਈਟ 'ਤੇ ਅਪਲੋਡ ਕੀਤਾ ਜਾਊਗਾ ਅਤੇ ਪ੍ਰਕਾਸ਼ਿਤ ਕੀਤਾ ਜਾਊਗਾ। ਸੋ ਸਹਾਇਕ ਡਾਇਰੈਕਟਰ ਸਾਹਿਬ ਦੇ ਸਾਈਨ ਤੁਸੀਂ ਨੀਚੇ ਦੇਖ ਸਕਦੇ ਹਾਂ ਵਿਦ ਮੋਰ। ਸੋ 364 ਅਸਾਮੀਆਂ ਫਿਰ ਤੋਂ ਦੱਸ ਦਈਏ ਕਿ ਸਿਲੈਕਸ਼ਨ ਲਿਸਟ ਪਾਈ ਗਈ ਸੀਗੀ 25/7/2024 ਨੂੰ। ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਜੀ, ਉਹਨਾਂ ਨੂੰ ਹੁਣ ਸਟੇਸ਼ਨ ਦੀ ਚੋਣ ਕਰਵਾਈ ਜਾਣੀ ਹੈ, ਅਤੇ ਜਿਹੜੇ ਸਟੇਸ਼ਨ ਖਾਲੀ ਨੇ ਉਹਨਾਂ ਵਿੱਚੋਂ ਜਿਹੜੇ ਸਟੇਸ਼ਨ ਜਿਹੜੇ ਤੁਸੀਂ ਚੋਣ ਕਰ ਸਕਦੇ ਹਾਂ। ਕਦੋਂ ਕਰਵਾਈ ਜਾਣੀ ਹੈ ਜੀ? 16/9/2024 ਤੋਂ ਪਹਿਲਾਂ ਇੱਕ ਨੋਟਿਸ ਸਿੱਖਿਆ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਜਾਊਗਾ, ਅਤੇ ਜਿਹੜਾ ਸ਼ਡਿਊਲ ਹੈ ਦੱਸਿਆ ਜਾਊਗਾ ਵੀ ਕਦੋਂ ਤੁਸੀਂ ਸਟੇਸ਼ਨ ਦੀ ਚੋਣ ਕਰ ਸਕਦੇ ਹਾਂ। ਔਨਲਾਈਨ ਪ੍ਰਕਿਰਿਆ ਇਹ ਹੋਏਗੀ ਜਾਂ ਆਫਲਾਈਨ ਹੋਏਗੀ, ਇਹ ਵੀ ਜਿਹੜਾ ਆ ਨੋਟਿਸ ਰਾਹੀਂ ਤੁਹਾਨੂੰ ਦੱਸਿਆ ਜਾਏਗਾ, ਅਤੇ ਵੈਬਸਾਈਟ 'ਤੇ ਨੋਟਿਸ ਜਿਹੜਾ ਪ੍ਰਕਾਸ਼ਿਤ ਕੀਤਾ ਜਾਊਗਾ। ਵੈਬਸਾਈਟ ਨਾਲ ਵੀ ਜੁੜ ਸਕਦੇ ਹੋ, ਸਾਡੇ ਚੈਨਲ ਨਾਲ ਵੀ ਤੁਸੀਂ ਜੁੜ ਸਕਦੇ ਹਾਂ। ਸਬਸਕ੍ਰਾਈਬ ਚੈਨਲ ਨੂੰ ਕਰ ਲਓ, ਜੋ ਵੀ ਅਪਡੇਟਸ ਹੋਣਗੀਆਂ ਤੁਹਾਨੂੰ ਰੈਗੂਲਰ ਅਸੀਂ ਦਿੰਦੇ ਰਹਾਂਗੇ। ਸਵਰਤੀ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ, ਇਜਾਜ਼ਤ ਦਿਓ ਤੁਹਾਨੂੰ।